ਤੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ạtwal ਨਗਰ ਵਿਖੇ ਧਾਰਮਿਕ ਸਮਾਗਮ ਮਨਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਅਤੇ ਕੀਰਤਨੀਆਂ ਨੇ ਸੰਗਤਾਂ ਨੂੰ ਹਰ ਜਸ਼ਨਲ ਨਿਹਾਲ ਕੀਤਾ ਸਮਾਗਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਾ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਭਾਈ ਸਾਪਾਏ ਪ੍ਰਤਾਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਕਥਾਵਾਚਕ ਭਾਈ ਸਾਪਾਏ ਗੁਰਚਰਨ ਸਿੰਘ ਜੀ ਭੋਪਾਲ ਵਾਲੇ ਭਾਈ ਸਾਪਾਏ ਸੁਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤ ਸਰਵਾਲੇ ਪਾਈ ਚਰਨਜੀਤ ਸਿੰਘ ਜੀ ਹੀਰਾ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ ਉਹਨਾਂ ਦੱਸਿਆ ਕਿ ਪੂਰੇ ਕੋਟਰ ਡਿਵੀਜ਼ਨ ਅਤੇ ਦੂਰ ਦਰਾਡੇ ਤੋਂ ਇਸ ਸਮਾਗਮ ਵਿੱਚ ਸੰਗਤਾਂ ਪੁੱਜੀਆਂ ਨੇ ਇਸ ਦੌਰਾਨ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਵੀ ਕੀਤਾ ਕਿ ਉਹਨਾਂ ਨੇ ਪੂਰੇ ਸਮਾਗਮ ਵਿੱਚ ਮਿਹਰ ਭਰਿਆ ਹੱਥ ਰੱਖਿਆ ਇਸ ਦੇ ਨਾਲ ਹੀ ਉਹਨਾਂ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸਮਾਗਮ ਵਿੱਚ ਪਹੁੰਚੇ ਕੀਰਤਨੀ ਜਥਿਆਂ ਦਾ ਵੀ ਧੰਨਵਾਦ ਕੀਤਾ ਇਸ ਦੌਰਾਨ ਉਹਨਾਂ ਦੇ ਨਾਲ ਮੀਤ ਪ੍ਰਦਾਨ ਪ੍ਰਭਜੋਤ ਸਿੰਘ ਸਕੱਤਰ ਰਮੇਸ਼ ਦਰ ਸਿੰਘ ਅਤੇ ਜੁਆਇੰਟਸ ਕਤਰ ਸ਼ਾਮ ਸਿੰਘ ਵੀ ਮੌਜੂਦ ਰਹੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਅੱਜ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ اٹਵਾਲ ਨਗਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਪੁਰਪੁਰਬ ਮਨਾਇਆ ਹੈ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਹੈ ਉਹ ਸਾਰੇ ਹੀ ਧੰਨਵਾਦ ਦੇ ਪਾਤਰ ਹਾਂ ਇਸ ਸਾਰੇ ਕਾਰਜਕ੍ਰਮ ਵਿੱਚ ਅਸੀਂ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਜਿਹੜੇ ਕੀ ਹਜ਼ੂਰੀ ਰਾਗੀਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਾਡੇ ਕੋਲ ਕਥਾਵਾਚਕ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਜਿਹੜੇ ਕੀ ਸਾਡੇ ਕੋਲ ਪੋਪਾਲ ਤੋਂ ਪੁਜੇ ਸਨ ਉਹਨਾਂ ਨੇ ਨਾਲ ਹੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਨਾਲ ਨਾਲ ਹੀ ਨਾਲ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਹੀਰਸ ਉਹਨਾਂ ਨੇ ਵੀ ਰਸਪਿੰਡੇ ਕੀਰਤਨ ਨਾਲ ਸਾਧ ਸੰਗਤ ਜੀ ਨੂੰ ਨਿਹਾਲ ਕੀਤਾ ਸਭ ਤੋਂ ਉੱਤਮ ਗੱਲ ਇਹ ਰਹੀ ਹੈ ਕਿ ਕੋਟਾ ਡਿਵੀਜ਼ਨ ਤੇ ਦੇ ਅੰਦਰ ਪੰਜ ਡਿਸਟ੍ਰਿਕਟਸ ਆਂਦੇ ਕੋਟਾ ਬੂੰਦੀ ਝਾਲਾਵਾੜ ਸਵਾਈ ਮਾਧੋਪੁਰ ਤੇ ਨਾਲ ਹੀ ਨਾਲ ਝਾਲਾਵਾੜ ਤੋਂ ਵੀ ਸੰਗਤਾਂ ਪੁੱਜੀਆਂ ਹੋਰ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਚਿਤੌੜ ਔਰ ਉਦੇਪੁਰ ਤੱਕ ਤੋਂ ਵੀ ਸੰਗਤਾਂ ਇੱਥੇ ਪੁੱਜੀਆਂ ਇਹ ਸਭ ਬਾਬਾ ਦੀਪ ਸਿੰਘ ਜੀ ਦਾ ਅਸੀਂ ਸ਼ੁਕਰਾਨਾ ਅਦਾ ਕਰਨੇ ਹਾਂ ਜਿਨ੍ਹਾਂ ਨੇ ਇਸ ਦਿਵਸ ਤੇ ਸਾਰੀ ਹੀ ਸੰਗਤਾਂ ਨੂੰ ਆਪਣੇ ਆਸ਼ੀਰਵਾਦ ਨਾਲ ਨਿਹਾਲ ਕੀਤਾ ਗੁਰ ਸ਼ਬਦਾਂ ਨਾਲ ਨਿਹਾਲ ਕੀਤਾ ਇਹ ਸਮਾਗਮ ਆਪਣੇ ਆਪ ਵਿੱਚ ਇੱਕ ਅਨੋਖਾ ਸਮਾਗਮ ਸੀ ਉਸ ਅਨੋਖੀ ਸ਼ਹਾਦਤ ਤੇ ਸलाम ਕਰਨ ਵਾਸਤੇ ਉਸ ਸ਼ਖਸੀਅਤ ਨੂੰ ਜਿਹੜੇ ਕਿ ਸਿੱਖ ਧਰਮ ਵਿੱਚ ਸਭ ਤੋਂ ਮਹਾਨ ਸਕਾਲਰ ਦੇ ਰੂਪ ਵਿੱਚ ਜਾਣੇ ਗਏ ਮੈਂ ਇਸ ਕਾਰਕਰਮ ਵਿੱਚ ਇਹ ਜਿਹੜਾ ਸਮਾਗਮ ਹੋਇਆ ਹੈ ਇਹਦੇ ਵਿੱਚ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਦਿਨ ਰਾਤ ਇੱਕ ਕਰਕੇ ਇਸ ਨੂੰ ਸਫਲ ਬਣਾਇਆ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿੰਨੇ ਹਾਂ ਸਾਡੇ ਕਈ ਗੁਰਪ੍ਰੇਮੀ ਸਹਿਤ ਹਰੀ ਸਿੱਖਾਂ ਨੇ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨੇ ਤਨ ਮਨ ਔਰ ਧਨ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਇਹ ਕਮੇਟੀ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਅਰਪਿਤ ਕਰਦੀ ਹੈ ਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਤਨਾ ਪ੍ਰਹਲਾ ਕੀਤਾ ਮੈਂ ਇੱਕ ਵਾਰੀ ਫੇਰ ਆਪ ਸਤਿ ਸੰਗਤ ਦਾ ਧੰਨਵਾਦ ਦਿਨਾ ਹਾਂ ਨਾਲ ਹੀ ਨਾਲ ਇਸ ਮੋਟੀ ਤੋਂ ਅਗਰ ਕੋਈ ਪੁੱਲਾ ਹੋ ਗਿਆ ਤੇ ਬਖਸ਼ਣ ਦੀ ਜੋ ਹੈ ਅਪੀਲ ਕਰਨਾ ਹਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ